ਬਾਬਿਓ ਮੈਂ ਕੱਲਾ ਨਹੀਂ ਹੈਗਾ। ਪਟਿਆਲੇ ਤੋਂ ਜਾ ਕੇ ਮੇਰੇ ਨਾਲ ਦੋ ਬੰਦਰ ਦੀਆਂ ਫਰੈਂਡਾਂ, ਦੋ ਮਣੀ ਬਰਾੜ ਦੀਆਂ ਸਹੇਲੀਆਂ, ਇੱਕ ਆਪਣਾ ਚੇਅਰਮੈਨ ਦੀ ਡੀਅਰ ਫਰੈਂਡ ਨੂੰ ਨਾਲ ਲੈ ਕੇ ਜਾਣਾ ਮੈਂ ਚੰਡੀਗੜ੍ਹ। ਤਾਂ ਕਰਕੇ ਇੱਥੋਂ ਮੈਂ ਇਕੱਲਾ ਜਾ ਰਿਹਾ। ਅੱਜ ਤੁਹਾਨੂੰ ਮੈਂ ਸਾਰਿਆਂ ਦੇ ਬਿਠਾ ਕੇ ਸਟੋਰੀ ਪਾਊਂਗਾ, ਦੇਖਿਓ ਫਿਰ ਤੁਸੀਂ। ਡੱਗੀ ਚ ਬੰਦ ਕਰਕੇ ਲੈ ਜਾਓ, ਬਜਟ ਕਾਰਡ ਦਿਖਾਉਣਾ। ਸੱਸ ਬਹੁਤ ਤਕੜਾ ਬਣਿਆ ਹੋਇਆ, ਬੰਦਾ ਬਹੁਤ ਕਲਾੜੀ ਆ ਇਹ। ਬਾਬਿਓ ਢੇਰ ਲੱਗੇ ਪਏ ਨੇ 7+8+10 ਮੈਕਸ ਮੁਕਸ ਸਾਰੇ ਬਾਬਿਓ, ਸੈਕਿੰਡ ਹੈਂਡ ਨਵੇਂ ਪੁਰਾਣੇ ਬਾਬਿਓ, ਬਹੁਤ ਮਾਲ ਇਹਨਾਂ ਨੇ ਲਿਆਂਦਾ। ਇਹਨਾਂ ਨੇ ਘੱਟੋ ਘੱਟ ਬਾਬਿਓ 50 ਲੱਖ ਦਾ ਲੋਨ ਲਿੱਤਾ। 50 ਲੱਖ ਦੇ ਫੋਨ ਲਿਆਂਦੇ, ਢੇਰ ਲਾਇਆ ਪਿਆ, ਹਜੇ ਉੱਧਰ ਭਰਿਆ ਪਿਆ ਖਾਨਾ ਜਿਹਾ, ਉੱਧਰ ਤੁਹਾਨੂੰ ਦਿਖਾਉਣਾ ਬਾਬਿਓ। ਆਹ ਪਰਸ ਚੌਥੀ ਲੋਨ ਦਵਾਇਆ ਇਹਨਾਂ, ਸਾਡੇ ਬੰਦੇ ਨੇ ਦਵਾਇਆ। ਬਾਬਿਓ ਅੱਜ ਸਟੋਰੀਆਂ ਪੈਣਗੀਆਂ ਤਾਂ ਜ਼ਰੂਰ, ਪਰ ਥੋੜ੍ਹੀਆਂ ਜਿਹੀਆਂ ਮਤਲਬ ਕਿ 25% ਘੱਟ ਪੈਣਗੀਆਂ, ਕਿਉਂਕਿ ਮੈਂ ਬਾਬਿਓ ਅੱਜ ਵਲੌਗ ਬਣਾ ਰਿਹਾ ਪ੍ਰੋਡਿਊਸਰ DXX ਦਾ ਪਹਿਲਾ ਵਲੌਗ ਤੁਸੀਂ ਦੇਖੋਗੇ। ਕੋਟੁਨਾ ਟੂ ਚੰਡੀਗੜ੍ਹ ਵਲੌਗ ਮੇਰਾ ਬਣ ਰਿਹਾ, ਤਾਂ ਕਰਕੇ ਮੈਂ ਥੋੜ੍ਹਾ ਲੇਟ ਹੋ ਗਿਆ, ਨਹੀਂ ਤਾਂ ਹੁਣ ਮੈਂ ਕਦੋਂ ਚੰਡੀਗੜ੍ਹ ਹੁੰਦਾ ਮੈਂ ਵਲੌਗ ਬਣਾਉਣ ਲੱਗ ਗਿਆ। ਜਮਾਂ ਸਟਾਰਟਿੰਗ ਕਿਵੇਂ ਉੱਡਦਾ, ਹਗਦਾ, ਲੈਟਰਿੰਗ ਕਰਦਾ, ਸਭ ਕੁਛ ਉਹਦੇ ਵਿੱਚ ਦਿਖਾਇਆ। ਬਹੁਤ ਤਕੜਾ ਵਲੌਗ ਬਣਾਇਆ, ਤੁਸੀਂ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਲੱਗੂਗਾ। ਪ੍ਰੋਡਿਊਸਰ DXX ਵਲੌਗਸ ਸਾਰਾ ਕੰਪਲੀਟ ਕਰਕੇ ਇੱਕ ਅੱਧੇ ਦਿਨਾਂ ਦੇ ਵਿੱਚ ਮੈਂ ਐਡਿਟ ਕਰਕੇ ਅਪਲੋਡ ਕਰੂੰਗਾ ਆਪਣੇ ਛੋਟੇ ਚੈਨਲ 'ਤੇ, ਤੁਸੀਂ ਦੇਖ ਕੇ ਦੱਸਿਓ। ਪਰ ਜੇ ਵਧੀਆ ਲੱਗਿਆ ਫਿਰ ਆਪਾਂ ਨਾਲ ਇੱਕ ਅੱਧਾ ਵਲੌਗ ਵੀ ਬਣਾਇਆ ਕਰਾਂਗੇ। ਕੋਟੁਨਾ ਟੂ ਚੰਡੀਗੜ੍ਹ ਪ੍ਰੋਡਿਊਸਰ DXX ਦਾ ਪਹਿਲਾ ਵਲੌਗਸ। ਐਡਾ ਵੱਡਾ ਰੋਡ ਬਣਾਤਾ ਫਿਰ ਵੀ ਬਾਬਿਓ ਭੈਣ ਚੋਂ ਦਾ ਭਰਿਆ ਜਾਂਦਾ ਟ੍ਰੈਫਿਕ ਨਾਲ। ਮੈਂ ਸੁਖਵੀਰ ਬਾਦਲ ਨੂੰ ਉਦੋਂ ਬਥੇਰਾ ਕਿਹਾ ਸੀ ਕਿ 3 ਲਾਈਨਾਂ ਨਾਲ ਬਣਾ ਦੇ, 3 ਲਾਈਨਾਂ ਜਾਣ ਵਾਲੀਆਂ, 3 ਆਉਣ ਵਾਲੀਆਂ ਨੇ, 2 ਲਾਈਨਾਂ ਵਾਲਾ ਬਣਾਇਆ, ਫਿਰ ਵੀ ਇੰਨੀ ਟ੍ਰੈਫਿਕ ਹੋ ਗਈ ਬਾਬਿਓ, ਗੱਡੀਆਂ ਇੰਨੀਆਂ ਜ਼ਿਆਦਾ ਹੋ ਗਈਆਂ, ਗੱਡੀਆਂ ਖੜਾਉਣ ਨੂੰ ਥਾਂ ਨਹੀਂ ਰਹਿਣਾ ਉਹਨਾਂ ਟਾਈਮ ਦੇ ਵਿੱਚ। ਜਦੋਂ ਆਪਣੀ ਜਦੋਂ ਸਰਕਾਰ ਬਣੀ DXX ਦਾ ਝੰਡਾ ਲਹਿਰਾਇਆ, ਫਿਰ ਆਪਾਂ 5 ਲਾਈਨਾਂ ਵਾਲਾ ਰੋਡ ਬਣਾਵਾਂਗੇ। ਫਿਰ ਆਪਾਂ ਰੋਡ ਬਣਾਉਣ ਦੀ ਲੋੜ ਜੀ ਕਿ ਆਪਾਂ ਲੰਬਾ ਪੱਟਾ ਲਾ ਦਾਂਗੇ ਟ੍ਰੇਨ ਵਾਂਗੂ, ਉਹ ਪੱਟੇ ਦੇ ਉੱਪਰ ਬਹਿ ਕੇ ਸਾਰੇ ਜਣੇ ਪੱਟੇ ਦੇ ਉੱਪਰ ਬਹਿਜਿਆ ਕਰੋ, ਇੱਕ ਰੋਡ ਪੱਟੇ ਵਾਲਾ ਰੋਡ ਬਣਾਇਆ ਜਾਊਗਾ, ਉਹਦੇ ਪੱਟੇ ਦੇ ਉੱਪਰ ਬੈਠਣਾ ਅਤੇ ਬੱਸ ਆਵਾ ਜਿੱਥੇ ਮਰਜ਼ੀ ਜਾ ਕੇ ਉਤਰੋ, ਉਹ ਪੱਟਾ ਹੌਲੀ ਹੌਲੀ ਤੁਰੇ ਜਾਊਗਾ, ਥੱਲੇ ਮੋਟਰਾਂ ਲਾ ਕੇ ਉਵੇਂ ਜਿਵੇਂ ਪੌੜੀਆਂ ਤੁਰਦੀਆਂ ਹੁੰਦੀਆਂ ਨੇ, ਉੱਦਾਂ ਦਾ ਮੈਂ ਰੋਡ ਬਣਾਊਂਗਾ ਬਠਿੰਡਾ ਟੂ ਚੰਡੀਗੜ੍ਹ। ਉਹਦੇ ਉੱਪਰ ਆਪਣਾ ਸਮਾਨ ਲੈ ਕੇ ਪੱਲੀ ਲੈ ਕੇ ਬਿਠਾ ਕੇ ਜਿੱਥੇ ਜਾ ਕੇ ਆਪਦਾ ਉੱਤਰ ਨਾ ਆਰਾਮ ਨਾਲ ਉੱਤਰ ਜਾਓ, ਜਿੱਥੇ ਆਪਦੀ ਸਹੇਲੀ ਨੂੰ ਬਿਠਾਉਣਾ ਸਹੇਲੀ ਨੂੰ ਬਿਠਾ ਲਓ, ਉਹ ਪੱਟਾ ਐਂ ਇੱਕ ਜਾਊਗਾ, ਪੱਟਾ ਇੱਕ ਆਊਗਾ, ਬਸ ਉਹ ਕਿਤੇ ਨਹੀਂ ਖੜਦਾ, ਉਹਦੀ ਮੱਧਮ ਜਿਹੀ ਸਪੀਡ ਹੋਊਗੀ, 40 ਕੁ ਦੀ ਸਪੀਡ ਹੋਊਗੀ, ਅਤੇ ਉਹ ਬਸ ਕਿਤੇ ਕਿਤੇ ਬਸ 1 ਮਿੰਟ ਖੜਿਆ ਕਰੂਗਾ, ਬਸ ਉਹ ਫਟਾਫਟ ਉਹਦੇ ਜਿੱਥੇ ਮਰਜ਼ੀ ਬਹਿ ਜਾਓ, ਪੱਲੀ ਵਸਾ ਕੇ ਚਾਹ ਪਾਣੀ ਲੈ ਕੇ ਆਰਾਮ ਨਾਲ ਸਿੱਧੇ ਜਾ ਕੇ ਉੱਤਰਿਆ ਕਰੂਗਾ। ਸੋ ਬਣਾ ਰਿਹਾ ਮੈਂ, ਜਲਦ ਜਦੋਂ ਆਪਣੀ ਸਰਕਾਰ ਆਊਗੀ ਜ਼ਰੂਰ ਬਣਾਵਾਂਗੇ, ਛੇਤੀ ਆਊ ਆਪਣੀ ਸਰਕਾਰ। ਇਹ ਜਦੋਂ ਆਪਣੀ ਸਰਕਾਰ ਬਣ ਗਈ ਆਪਣੇ ਦੇਸ਼ ਦੇ ਵਿੱਚ ਰੇਪ ਹੋਣਾ ਬਿਲਕੁਲ ਬੰਦ ਹੋ ਜਾਊਗਾ, ਕਿਉਂਕਿ ਇਹ ਜਿਹੜੇ ਆਪਣੇ ਦੇਸ਼ ਦੇ ਵਿੱਚ ਹਫਸੀ ਲੋਕ ਨੇ, ਇਹਨਾਂ ਦੀ ਹਫਸ਼ ਬਟਾਉਣ ਲਈ ਮੈਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਕੁੜੀਆਂ ਲੈ ਕੇ ਆਵਾਂਗਾ ਅੰਗਰੇਜ਼ਾਂ। ਇੱਕ ਕੰਟਰੀ ਦੇ ਵਿੱਚ ਇੰਨੀਆਂ ਜ਼ਿਆਦਾ ਕੁੜੀਆਂ ਨੇ ਕਿ ਬੰਦੇ ਨੂੰ ਮਾਰ ਦਿੰਦੀਆਂ ਨੇ, ਕਿ ਉਹਦੇ ਨਾਲ ਸੈਕਸ ਕਰਨ ਲੱਗੀਆਂ, ਇੰਨੀਆਂ ਜ਼ਿਆਦਾ ਜਨਾਨੀਆਂ ਨੇ ਉੱਥੇ, ਉੱਥੋਂ ਦੀ ਅੱਧੀਆਂ ਜਨਾਨੀਆਂ ਲਿਆ ਕੇ ਮੈਂ ਪੰਜਾਬ ਦੇ ਵਿੱਚ ਛੱਡੂੰਗਾ, ਆਪਣੇ ਜਿਹੜੇ ਪੰਜਾਬੀ ਨੇ ਸਾਰੇ ਪੋਲੇ ਕਰਾ ਕੇ ਇੱਕ ਵਾਰ 'ਚ ਬਿਠਾ ਦੂੰਗਾ, ਕਿਉਂਕਿ ਜਿਹੜੀ ਚੀਜ਼ ਦੀ ਭੁੱਖ ਆ ਉਹ ਚੀਜ਼ ਦੀ ਮੈਂ ਸਾਰੀ ਤਮਾਇਨਾ ਆਪਣੇ ਪੰਜਾਬੀਆਂ ਦੀ ਮਿਟਾ ਦੂੰਗਾ, ਅਤੇ ਆਪਣੇ ਦੇਸ਼ ਦੇ ਵਿੱਚ ਰੇਪ ਨਹੀਂ ਹੋਊਗਾ।
ਤੇ ਸਾਰਾ ਕੰਮ ਖੁੱਲਾ ਕਰ ਦੂੰਗਾ। ਜਿਹੜੀ ਚੀਜ਼ ਖੁੱਲੀ ਹੋ ਗਈ ਉਹ ਚੀਜ਼ ਬੰਦ ਹੋ ਜਾਂਦੀ ਹੈ, ਉਹ ਆਟੋਮੈਟਿਕ ਕਰਨ ਨੂੰ ਜੀ ਅੱਟ ਜਾਂਦਾ। ਤੁਹਾਡੇ ਮੂਹਰੇ ਚਾਰ ਗੁਲਾਬ ਜਾਮਣੇ ਧਰਤੀ, ਤੁਸੀਂ ਖਲਕਿਆਂ ਵਾਂਗ ਖਾਓਗੇ। ਜੇ ਤੁਹਾਡੇ ਮੂਹਰੇ ਡੱਬਾ ਵੱਡਾ ਧਰਤੇ ਖਾਈ ਜਾਓ, ਪੋਲੇ ਹੋ ਜਾਓਗੇ। ਇਸੇ ਤਰ੍ਹਾਂ ਜੋ ਚੀਜ਼ ਆਮ ਹੋ ਗਈ ਤਾਂ ਬਾਬੇ ਸੈਕਸ ਸੁਕਸ ਨੋਰਮਲ ਗੱਲਾਂ ਰਹਿ ਜਾਣਗੀਆਂ, ਪਰ ਇਹ ਆਪਾਂ ਹੀ ਕਰਾਂਗੇ। ਆਪਣੀ ਜੋ ਸਰਕਾਰ ਬਣੂਗੀ ਤਾਂ ਸੈਕਸ ਫਰੀ ਕੰਟਰੀ ਬਣਾ ਦੂੰਗਾ ਇੰਡੀਆ ਨੂੰ ਮੈਂ, ਅਤੇ ਇੱਥੇ ਰੇਪ ਨਹੀਂ ਹੋਊਗਾ, ਕੋਈ ਰੇਪ ਨਹੀਂ ਹੋਣਾ, ਜਦੋਂ ਮਰਜ਼ੀ ਕੁਛ ਕਰੋ ਭੈਣ ਚੋ, ਆਜ਼ਾਦ ਆਜ਼ਾਦ ਦੇਸ਼। ਜਦੋਂ ਤੁਹਾਡੇ ਯਾਰ ਨੇ ਇੰਡੀਆ ਸੈਕਸ ਫਰੀ ਕੰਟਰੀ ਬਣਾ ਤੀ ਤਾਂ ਆਪਣਾ ਦੇਸ਼ ਬਾਬੇ ਉਹ ਡਾਲਰ ਕਿਹੜੇ ਰੀਸ ਕਰਨਗੇ, ਆਪਣੇ ਦੇਸ਼ ਦੇ ਪਾਊਂਡ ਚੱਲਣਗੇ ਪਾਊਂਡ, ਕਿਉਂਕਿ ਆਪਣੇ ਦੇਸ਼ ਦਾ ਭੈਣ ਦੇ ਯਾਰ ਦੇ 50% ਲੋਕ ਤਾਂ ਇਹੀ ਕੰਮਾਂ ਪਿੱਛੇ ਤੁਰੇ ਫਿਰਦੇ ਨੇ, ਤੇਲ ਫੂਕਦੇ, ਕੰਮ ਨਹੀਂ ਕਰਦਾ ਕੋਈ ਗੱਡੀਆਂ 'ਤੇ। ਜਦੋਂ ਆਪਾਂ ਇਹ ਚੀਜ਼ ਨੋਰਮਲ ਕਰਤੀ ਬਸ ਲੋਕਾਂ ਦੀ ਭੁੱਖ ਮਿਟਾ ਦਾਂਗੇ, ਭੁੱਖ ਪੋਲੇ ਕਰ ਦਾਂਗੇ, ਪੋਲੇ ਟੀਮਾਂ ਥੱਲੇ ਖੜੀਆਂ ਹੋਇਆ ਕਰਨਗੀਆਂ, ਬੰਦਾ ਸਪੈਦੇ 'ਤੇ, ਉਹ ਦਿਨ ਤੁਹਾਡਾ ਯਾਰ ਲਿਆ ਸਕਦਾ। ਤੁਸੀਂ ਸੁਣੇ ਹੋਣਗੇ ਕੱਲਾ ਕਦੇ ਇਹੋ ਜਿਹੇ ਦਿਨ ਆਉਣਗੇ ਵੀ ਬੰਦਾ ਸਪੈਦੇ 'ਤੇ ਗੁਰ ਟੀਮਾਂ ਥੱਲੇ ਹੋਇਆ ਕਰਨਗੀਆਂ, ਉਹ ਦਿਨ ਤੁਹਾਡਾ ਯਾਰ ਹੀ ਲਿਆ ਸਕਦਾ ਕਿ ਬੰਦਾ ਸਪੈਦੇ ਹੋਏ ਗੁਰ ਟੀਮਾਂ ਥੱਲੇ ਗਏ ਕਰਨਗੇ, ਆਇਆ ਬੰਦੇ ਨੂੰ ਸਭ ਨੂੰ ਪੋਲੇ ਕਰਕੇ ਰੱਖਾਂਗੇ ਜਿਹੜਾ ਰੇਪ ਰੂਪ ਜਾਂ ਕੋਈ ਨਹੀਂ ਕਰ ਸਕਣ। ਸੋ ਇਹ ਚੀਜ਼ਾਂ ਨੋਰਮਲ ਕਰ ਦਾਂਗੇ ਆਪਾਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਵੋਟਾਂ ਜ਼ਰੂਰ ਪਾਇਓ, ਆਪਾਂ ਆਪਣੀ ਸਰਕਾਰ ਬਣਾਵਾਂਗੇ। ਅਜੇ ਖੜ ਜਾਓ 5-7 ਸਾਲ ਹੋਰ, ਥੋੜ੍ਹਾ ਜਿਹਾ ਕੰਮ ਕੱਚਾ, ਜਦੋਂ ਪੱਕਾ ਹੋ ਗਿਆ ਤੁਹਾਨੂੰ ਮੈਂ ਦੱਸੂ, ਉਦੋਂ ਵੋਟਾਂ ਪਾਇਓ। ਚੰਗਾ ਬਾਬੇ, ਉਹ ਬੰਦੇ ਨੂੰ ਡੀਕ ਡੀਕ ਥੱਕ ਕੇ ਦਿਨ ਛਿਪ ਗਿਆ, ਪਤਾ ਨਹੀਂ ਕਿਹੜੇ ਵੇਲੇ ਪਹੁੰਚਾਂਗੇ ਚੰਡੀਗੜ੍ਹ ਭੈਣ ਚੋ, ਦਾ ਬਹੁਤ ਟਾਈਮ ਲਵਾ ਤਾ ਹਾਲੇ ਨੇ। ਤੁਹਾਨੂੰ ਬੰਦਾ ਦਿਖਾਉਣਾ, ਬੰਦਾ ਵਾਲਾ ਆ ਗਿਆ ਵੇ, ਆ ਗਿਆ ਭੈਣ ਦਾ ਯਾਰ, ਬੰਦਾ ਆ ਗਿਆ ਵੇ, ਆਇਆ ਕਾਕਾ ਬੈਠ, ਬਸ ਠੀਕ ਹੈ ਕਰ ਦੋ ਹੱਲ। ਸਹੇਲੀਆਂ ਤਿੰਨ ਨੇ ਕਿ ਚਾਰ ਨੇ? ਪੰਜ ਨੇ ਅੱਛਾ ਅੱਛਾ, ਤੇ ਇੱਕ ਬੰਦਾ ਸਾਨੂੰ ਹੋਰ ਮਿਲਾਉਣਾ, ਸਾਨੂੰ ਮੈਂ ਕਿਹਾ ਸੀ ਅਸੀਂ ਇਕੱਲੇ ਨਹੀਂ ਜਾਂਦੇ, ਬੰਦੇ ਹੋਰ ਬਹੁਤ ਲੈ ਕੇ ਜਾਵਾਂਗੇ ਨਾਲ, ਅਸੀਂ ਬੰਦੇ ਹੋਰ ਬਥੇਰੇ ਆ ਰਹੇ ਨੇ। ਉਹ ਆ ਗਿਆ ਭੈਣ ਚੋਦ ਲੌਂਡਾ, ਸਿਰੇ ਦਾ ਉਤਰੇ ਬੰਦੇ ਸਾਨੂੰ ਮਿਲਾਉਣੇ, ਬੰਦੇ ਸਾਨੂੰ ਬਹੁਤ, ਬੰਦੇ ਬਹੁਤ ਮਿਲਾਉਣੇ ਆ। ਨਾ ਮੈਂ ਆਪਦੇ ਲਈ ਸਹੇਲੀ ਨੂੰ ਪਿੱਛੇ ਬਿਠਾ ਲੂ, ਤੇਰੇ ਨੂੰ ਮੂਰੇ ਬਿਠਾ ਲੂ, ਹੁਣ ਆਉਂਦੀ ਹੋ ਨੀ, ਬਸ ਚੱਲਦਾ ਹੋਣਾ ਆਪਾਂ ਗਾਣਾ ਰਿਲੀਜ਼ ਕਰਕੇ ਆਉਣਾ, ਆਪਾਂ ਗਾਣਾ ਰਿਲੀਜ਼ ਕਰ ਹੋਰ ਚੱਲ ਫਿਰ ਕਰੀਏ। ਚਲੋ ਠੀਕ ਹੈ ਬਾਬੇ, ਹੁਣ ਅਸੀਂ ਚੱਲਦਾ ਚੰਡੀਗੜ੍ਹ ਦਿਖਾਉਣਾ ਫਿਰ ਤੁਹਾਨੂੰ ਅੱਗੇ ਜਾ ਕੇ, ਟੈਨਸ਼ਨ ਨਾ ਲੈ ਆਉਣਾ, ਕੋਈ ਗੱਲ ਨਹੀਂ, ਰੂਮ ਦਾ ਇੰਤਜ਼ਾਮ ਕਰ ਦੂੰ। ਮੈਂ ਫੋਨ ਲਾਇਆ ਦੋ ਤਿੰਨ ਬੰਦੇ ਨੂੰ, ਹੱਲ ਦਾ ਮਿਲਦਾ ਤਾਂ ਹੋਜੂ ਹੱਲ, ਉਹ ਰੂਮ ਦਾ ਗੱਲ ਸੁਣ ਲਓ, ਪੱਖੇ ਵਾਲੇ ਦੋ ਨੇ, ਏਸੀ ਵਾਲਾ ਤਾਂ ਇੱਕੋ ਹੀ ਹੈ। ਬਾਥਰੂਮ ਅਟੈਚ ਚਾਹੀਦੇ ਨਾਲ, ਬਾਥਰੂਮ ਬੋਤਲ ਲੈ ਜੀ ਨਾਲ ਭੈਣ ਦੀ। ਤੁਹਾਨੂੰ ਸਿਰੇ ਦੇ ਬੁੱਧੂ ਬੰਦੇ ਨੂੰ ਮਿਲਾਉਣ ਜਾ ਰਿਹਾ, ਬਹੁਤ ਹੀ ਗਾਂਡੂ ਬੰਦੇ ਨੇ ਜਿਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ, ਆਪਣਾ ਚੇਅਰਮੈਨ ਐਂਡ ਬਰਿੰਦਰ। ਹੋਰ ਠੀਕ ਹੋ? ਹੁਣ ਮੈਨੂੰ ਐਂ ਦੱਸੋ ਯਾਰ, ਤੇਰੀ ਉਹ ਜਿਹੜੀ ਖਾਲਸਾ ਕਾਲਜ ਵਾਲੀ ਕਿੱਥੋਂ ਚੱਕਣੀ ਹੈ? ਮਹਿੰਦਰ ਵਾਲੇ ਆ, ਮੈਨੂੰ ਦੱਸ ਦਿਓ ਫਿਰ ਆਪਾਂ ਉੱਥੋਂ ਚੱਲ ਕੇ ਉਮੀਦ ਕਰ ਲਾਂਗੇ। ਮਹਿੰਦਰਾ ਛੁੱਟੀ ਹੁਣ ਐਂ ਕਰ ਲਓ, ਰੋਟੀ ਰੁਟੀ ਆਪਾਂ ਨਾਲ ਹੀ ਬਣਾ ਲਓ ਬਈ, ਆਪਾਂ ਨਾਲੇ ਨਾਲੇ ਮਿੱਠਾ ਪੀ ਕੇ ਖੀਰ ਬਾਹਲੀ ਸਵਾਦ, ਰੋਟੀ ਬਣਾ ਕੇ ਲੈ ਕੇ ਆਉਣਗੀਆਂ, ਚਾਦਰ ਲੈ ਕੇ ਆਉਣਗੀਆਂ ਤੇ ਤੌਲੀਆਂ। ਬਸ ਠੀਕ ਹੈ, ਸਾਰਾ ਕੁਛ ਬਸ ਠੀਕ ਹੈ। ਉਹ ਭਾਨੇ ਵਾਲੀ ਸਹੇਲੀ ਕਹਿੰਦੀ ਸੀ ਮੈਨੂੰ, ਕਹਿੰਦੀ ਹੁਣ ਨਾਲ ਲੈ ਚੱਲੋ, ਕਹਿੰਦੀ ਭਾਨਾ ਤਾਂ ਨਹੀਂ ਹੈ, ਕਹਿੰਦੀ ਮੇਰਾ ਜੀ ਲੱਗਿਆ, ਉਹਨੇ ਵੀ ਬਿਠਾ ਲਓ, ਬਿਠਾ ਲੈਂਦੇ ਹਾਂ ਯਾਰ, ਔਖਾ ਹੋ ਜਾ, ਮੈਂ ਪਿੱਛੇ ਬੈਠੂੰਗਾ। ਉਸਰੀ ਕਹਿੰਦੀ ਉਹ ਬਿਚਾਰੀ, ਪਰ ਆਪਾਂ ਦੋਨੇ ਆ ਦੇਖ, ਆਪਣੇ ਵਾਲੀ ਦੂਜੀ ਗੱਡੀ ਤਾਂ ਅਮਨਾ ਤੇ ਅਮਰੀ ਸਿੰਘ ਦੀ ਲੈ ਕੇ ਆਉਣਗੇ, ਅਮਰੀ ਸਿੰਘ ਦੀ ਬਾਹਲੀ ਫੋਰਵਰਡ ਆ ਯਾਰ, ਗੱਡੀ ਬਾਹਲੀ ਹੋਈ ਆ, ਮੇਰੇ 5-6 ਇਹਦਾ 4-5 ਨੇ, ਇੱਕ ਤੇ ਠੀਕ ਆਉਣਗੇ ਮਸਾ, ਦੋਨਾਂ ਨੂੰ ਬੜਾ ਕੇ ਕਿਵੇਂ ਲੈ ਕੇ ਜਾਏਗਾ? ਉਹ ਤਾਂ ਬਾਤ ਨਹੀਂ ਕਰ ਲੈ ਸਾਡੇ ਕੋਲ, ਏਸੀ ਰੂਮ ਤੱਕ ਦੋ ਜਾਣੇ ਨੂੰ ਪੱਖੇ ਤੇ ਪੈਣਾ, ਏਸੀ ਵਾਲਾ ਬਾਈ ਮੈਨੂੰ ਮੈਂ ਲਓ, ਮੇਰੀ ਗੱਲ ਸੁਣ ਲਾ, ਇਹ ਗੱਲ ਗੱਲ ਮੇਰੀ ਗੱਲ, ਮੇਰੀ ਤਾਂ ਸਹੇਲੀ ਮਿਲਣੀ ਪਹਿਲੀ ਵਾਰ, ਇਹਦਾ ਭੈਣ ਚੋਂ ਪੱਕਾ ਕੰਮ ਉਹ ਕਿਹੜੇ ਭੱਜ ਜੂਗੀ,
ਏਸੀ ਵਾਲੇ ਰੂਮ ਤਿਆਰ ਕਰ ਦੋ ਚਾਰ ਸਟੋਰੀ ਪਾ ਦੀ ਚੰਡੀਗੜ੍ਹ ਤਿਆਰ ਏਸੀ ਰੂਮ ਦੀ ਸਟੋਰੀ ਨੀ ਬਣੀ ਉੱਧਰ ਬਠਿੰਡੇ ਆਊਟਫਿਟ ਕਲੱਬ ਹੈ ਆਨਲਾਈਨ ਬਠਿੰਡੇ ਆਊਟਫਿਟ ਬੂਟਾਂ ਬਾਟਾਂ ਦੀ ਕੁਛ ਵੀ ਸ਼ੋਪਿੰਗ ਕਰਨੀ ਹੈ ਆਨਲਾਈਨ ਕਰ ਸਕਦੇ ਹੋ ਮੈਂ ਸਕਰੀਨਸ਼ਾਟ ਪਾਉਣਾ ਹੈ ਚੈੱਕ ਕਰ ਲਓ ਬਠਿੰਡਾ ਆਨਲਾਈਨ ਕੀ ਹੈ ਆਊਟਫਿਟ ਤੇਰਾ ਤਸਵੀਰ ਕੇ ਤੂੰ ਤੇ ਉਧਰ ਕੇ ਸਾਹਮਣੇ ਆ ਮੇਰੀ ਮਹਿਬੂਬਾ ਅਮਣੇ ਦੀ ਮਹਿਬੂਬਾ ਟੋਲ ਪਲਾਜ਼ੇ ਤੇ ਤੂੰ ਪਰਚੀ ਕਟਵਾ ਟੋਲ ਪਲਾਜ਼ਾ ਲੱਗਦਾ ਸੰਤਾਂ ਦਾ ਭੈਣ ਦੀ ਬੁੱਧੀ ਟੋਲ ਪਲਾਜ਼ਾ ਕਿਵੇਂ ਲੱਗ ਜੂ ਯਾਰ ਲੱਗੂਗਾ ਲਾਂਘੇ ਚਿਤਕਾਰਾ ਯੂਨੀਵਰਸਿਟੀ ਬਾਬਿਓ ਚਿਤਕਾਰਾ ਵਾਲਿਆਂ ਨੂੰ ਬੇਨਤੀ ਆ ਜਿੰਨੇ ਵੀ ਮੁੰਡੇ ਕੁੜੀਆਂ ਚਿਤਕਾਰਾ ਯੂਨੀਵਰਸਿਟੀ ਚ ਪੜ੍ਹਦੇ ਨੇ ਕਿਸੇ ਦੀ ਸੱਪ ਲਈ ਅੜੀ ਪਈ ਹੈ ਜਾਂ ਕੋਈ ਫੇਲ ਹੋਇਆ ਬੈਠਾ ਹੈ ਜੇ ਕੋਈ ਪਾਸ ਕਰਾਉਣਾ ਤਾਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਚਿਤਕਾਰਾ ਯੂਨੀਵਰਸਿਟੀ ਦੇ ਆਪਣੀ ਸਿੱਧੀ ਗੱਲਬਾਤ ਹੈ ਚੇਅਰਮੈਨ ਨਾਲ ਤੇ ਪੀਟੀਯੂ ਅੰਡਰ ਜਿਹੜੇ ਵੀ ਕਾਲਜ ਕੁਲਜ ਹੁੰਦੇ ਨੇ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨੀ ਤੇ ਦੱਸੋ ਕਿਹੜਾ ਫੇਲ ਫੂਲ ਹੁੰਦਾ ਜਾਂ ਕਿਸੇ ਸੱਪ ਲਈ ਬਾਹਲੇ ਟਾਈਮ ਦੀ ਅੜੀ ਪਈ ਦੱਸੋ ਨਾ ਉਹਦੇ ਨਾਲ ਕਲੀਅਰ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਯੂਨੀਵਰਸਿਟੀ ਚ ਪਹਿਲਾਂ ਲਿੰਕ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 2017-18 ਦੇ ਵਿੱਚ ਮੈਂ ਪੇਪਰ ਪਾ ਆਉਂਦੇ ਸੀ ਦੋ ਘੰਟੇ ਪਹਿਲਾਂ ਵੀ ਆਹ ਪੇਪਰ ਆ ਗਿਆ ਪਹਿਲਾਂ ਜਿਹੜੇ ਪੁਰਾਣੇ ਬੰਦੇ ਸਟੋਰੀਆਂ ਦੇਖਦੇ ਹੁੰਦੇ ਸੀ ਉਹਨਾਂ ਨੂੰ ਪਤਾ ਹੈ 17 ਦੇ ਵਿੱਚ ਯਾਦ ਕਰੋ ਮੈਂ ਸਟੋਰੀਆਂ ਪਾ ਆਉਂਦਾ ਸੀ ਵੀ ਆਹ ਪੇਪਰ ਆ ਗਿਆ ਪਹਿਲਾਂ ਮੈਂ ਪਹਿਲਾਂ ਪਾ ਆਉਂਦਾ ਸੀਗਾ ਉਹ ਭੈਣ ਚੋ ਤੜਕ ਉਹੀ ਪੇਪਰ ਆਉਂਦਾ ਸੀਗਾ ਲੋਕਾਂ ਨੇ ਇੰਨੀ ਲੀਕ ਆਊਟ ਕਰਤੀ ਗੱਲ ਇੰਨੀ ਲੀਕ ਆਊਟ ਕਰਤੀ ਸਾਡਾ ਬੰਦਾ ਫੜਾ ਤਾ ਸਾਡੇ ਕੋਲੇ ਪੇਪਰ ਜਿਹੜੇ ਕੋਲੇ ਰਾਤ ਦੇ 12-1 ਵਜੇ ਪੇਪਰ ਆ ਜਾਂਦਾ ਸੀਗਾ ਅਸੀਂ ਨਾਲ ਦੀ ਨਾਲ ਸਾਰੇ ਬੰਦਿਆਂ ਨੂੰ ਸੈਂਡ ਕਰਦੇ ਸੀ ਮੈਂ ਸਟੋਰੀ ਪਾ ਆਉਂਦਾ ਸੀ ਵੀ ਆਹ ਪੇਪਰ ਆ ਗਿਆ ਪਰ ਲੋਕਾਂ ਦੇ ਭੈਣ ਚੋ ਉਦਾਂ ਤੇ ਗੱਲ ਨੀ ਪਹੁੰਚਦੀ ਤੁਸੀਂ ਆਰਾਮ ਨਾਲ ਆਪਦਾ ਪੇਪਰ ਕਰੀ ਚਲੋ ਭੈਣ ਇੰਨੀ ਗੱਲ ਵਾਇਰਲ ਕਰਤੀ ਮੇਰੇ ਸਾਲਿਆਂ ਨੇ ਬੰਦ ਕਰਤਾ ਹੁਣ ਪਟਿਆਲੇ ਯੂਨੀਵਰਸਿਟੀ ਦੇ ਸਾਡੇ ਜਿੰਨੇ ਬੰਦੇ ਸੀ ਬਾਹਰ ਕੱਢਤੇ ਉਹਦਾ ਹੁਣ ਕੋਈ ਹੱਲ ਨੀ ਹੈਗਾ ਪਰ ਚਿਤਕਾਰਾ ਯੂਨੀਵਰਸਿਟੀ ਅੰਡਰ ਜਿਹੜੇ ਹੈਗੇ ਨੇ ਤਾਂ ਸਾਨੂੰ ਦੱਸੋ ਕੋਈ ਚੱਕਰ ਨੀ ਹੁੰਦਾ ਹੱਲ ਕਰਾਂਗੇ ਤੇ ਆਈਲੈਟਸ ਦੇ ਵੀ ਪਟਿਆਲਾ ਦੇ ਵਿੱਚ ਕੁਝ ਕੁ ਬੰਦੇ ਸਾਡੇ ਹੈਗੇ ਨੇ ਤੇ ਪਟਿਆਲਾ ਦਾ ਆਈਲੈਟਸ ਦਾ ਕਈ ਵਾਰ ਕਿਸੇ ਨੇ 8 ਮਿੰਟ ਲੈਣੇ ਹੁਣ ਤਾਂ ਸਾਨੂੰ ਦੱਸੋ 7 ਨਹੀਂ ਦਵਾਉਂਦੇ 8 ਦਵਾਵਾਂਗੇ ਸਿੱਧੇ ਇਕੱਠੇ ਹਾਂ ਸਾਡਾ ਗੱਲਬਾਤ ਚੱਲ ਰਹੀ ਹੈ ਮੈਂ ਕਲੀਅਰ ਕਰਕੇ ਦੱਸ ਦੂੰ ਕਿਹੜੇ ਕਿਹੜੇ ਸੈਂਟਰ ਆਉਂਦੇ ਨੇ ਠੀਕ ਹੈ ਪੰਜਾਬ ਸਿੱਖਿਆ ਬੋਰਡ ਸਕੂਲਾਂ ਜਿਹੜੇ ਪਲੱਸ 2 ਚ ਫੇਲ ਹੋ ਜਾਂਦੇ ਸੀਗੇ ਆਮਣੇ ਦਾ ਡੈਡੀ ਬਾਬੇ ਪਿਛਲੇ ਸਾਲ ਰਿਟਾਇਰ ਹੋਇਆ ਬਾਹਲੇ ਲੋਕ ਪਾਸ ਕਰਾਏ ਹੋਏ ਬਾਹਲੇ ਲੋਕ ਹੋਏ ਹੁਣ ਮੇਰਾ ਬਾਸੜ ਕਹਿੰਦਾ ਸੀਗਾ ਕਹਿੰਦਾ ਬਸ ਮੇਰੀ ਇੱਥੇ ਬਦਲੀ ਹੋ ਰਹੀ ਹੈ ਪਟਿਆਲੇ ਉੱਥੇ ਪੜ ਰਿਹਾ ਤੇ ਪਲੱਸ 2 ਵਾਲੇ ਜਿਹੜੇ ਬੱਚੇ ਯਾਰ ਤੁਸੀਂ ਮੈਨੂੰ ਦੱਸੋ ਇੱਕ ਮਿੰਟ ਪਾਸ ਸਾਰੇ ਕਰਦੀ ਗੱਲ ਕਰਾਏ ਭੈਣ ਚੋ ਯਾਰ ਬੰਦੇ ਦਾ ਕੰਮ ਹੋ ਗਿਆ ਲੋਕ ਨੇ ਲੀਕ ਆਊਟ ਵਾਲੀ ਰੌਲਾ ਵਾਲਾ ਪਾਉਂਦੇ ਨੇ ਗੱਲਾਂ ਸੀਕਰੇਟ ਰੱਖੀ ਦਿੰਦੇ ਨੇ ਜੇ ਤੁਹਾਡਾ ਕੰਮ ਹੋ ਗਿਆ ਤੁਸੀਂ ਬੁੰਡ ਭੈਣ ਚੋ ਮੀਚ ਕੇ ਰੱਖੋ ਤੁਸੀਂ ਖੁੱਲੀ ਕਰ ਲੈਣੇ ਵਿੱਚ ਫਿਰ ਬੱਖੀਆਂ ਵੜ ਜਾਂਦੀਆਂ ਨੇ ਫਿਰ ਉਹ ਕੰਮ ਖਰਾਬ ਕਰਦੇ ਆ ਹੋਰ ਬੰਦੇ ਲੈ ਆਉਂਦੇ ਭੈਣ ਚੋ ਆਜੋ 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 ਓਏ ਤੂੰ ਕਦੇ ਕਲੱਬ ਚ ਗਿਆ ਨਾ ਓ ਫਿਰ ਤੂੰ ਗਿਆ ਕਿੱਥੇ ਮੈਂ ਕਿਤੇ ਨਹੀਂ ਗਿਆ ਡਿਸਕੋ ਡਾਂਸ ਵਾਲੇ ਕਲੱਬ ਚ ਗਿਆ ਨਾ ਪੂਲ ਪਾਰਟੀ ਚ ਟੋਬਾ ਪਾਰਟੀ ਚ ਤਾਂ ਗਿਆ ਫਿਰ ਆਡ ਪਿੰਡ ਟੋਬੇ ਕੋਲ ਡੀਜੇ ਲਾਏ ਸੀ ਮਿੰਦੋ ਨਾਲ ਤੂੰ ਤੂੰ ਪਾਰਟੀ ਚ ਤੂੰ ਪਾਰਟੀ ਚ ਚੁੰਮਾ ਪਾਰਟੀ ਚ ਗਿਆ ਨਾ ਚੁੰਮਾ ਪਾਰਟੀ ਚ ਮੌਤ ਤੇਰੀ ਉਹ ਚੁੰਮਾ ਪਾਰਟੀ ਚ ਗਿਆ ਕਿ ਉਹਦੇ ਤੂੰ ਜਾਣਾ ਹੁੰਦਾ ਉਹਦਾ ਪ੍ਰੋਡਿਊਸਰ ਜਾਣਾ ਚਲ ਅੱਜ ਫਿਰ ਸੁਣ ਮੈਂ ਚੂਤ ਪਾਰਟੀ ਚ ਲੱਗੀ ਤਾਂ ਪਾਰਟੀ ਬਾਲੀ ਸਰਾ ਹੁੰਦੀ ਆ ਤੂੰ ਵਧੀਆ ਹੁੰਦੀ ਆ ਬਾਲੀ ਸਰਾ ਪਿਆਲ ਹੈ ਗੱਡੀ ਕੇ ਪਾਪੂ ਪਾਰਟੀ ਚ ਗਿਆ ਚੂਪਾ ਪਾਰਟੀ ਚ ਵੜ ਦਾ ਪੂਲ ਪਾਰਟੀ ਚ ਲੈ ਕੇ ਤੈਨੂੰ ਟਿਕਟ ਲੈ ਕੇ ਸੀ ਅੰਦਰ ਵਾੜ ਦਾਂਗੇ ਇਸ ਤਰ੍ਹਾਂ ਰੱਖਣਾਗੇ ਬਾਹਰ ਚ ਤੇ ਅੰਦਰ ਫਿਰ ਤੂੰ ਦੇਖ ਕੁੜੀਆਂ ਹੋਣਗੀਆਂ ਤੇ ਗੱਲੀਆਂ ਕੱਲੇ ਨੂੰ ਚੂਪਾ ਪਾਰਟੀ ਨੂੰ ਤਾਂ ਲਵਾਨਾ ਕੂ ਲਿਪ ਕੇ ਥੱਲੇ ਬਾਅਦ ਦੇਖ ਲੋ ਬਾਬੇ ਸਾਡੇ ਚ ਇੱਕ ਬੰਦਾ ਗਾਇਬ ਹੈ।
ਸਾਡੇ ਚ ਇੱਕ ਬੰਦਾ ਗਾਇਬ ਹੈ, ਇੱਕ ਬੰਦਾ ਗਾਇਬ ਹੈ, ਇੱਕ ਬੰਦਾ ਗਾਇਬ ਹੈ ਬਾਬੇ, ਉਹ ਇੱਕ ਬੰਦਾ ਗਾਇਬ ਹੋ ਗਿਆ ਭੈਣ ਚੋ, ਦੇਖ ਲਓ ਬੰਦੇ ਮੇਰੇ ਨਾਲ ਹੀ ਗਾਇਬ ਹੋ ਜਾਂਦੇ ਨੇ, ਬਾਬਿਓ ਮੇਰੀ ਗੱਲ ਧਿਆਨ ਨਾਲ ਸੁਣ ਲਓ, ਬਹੁਤ ਜ਼ਰੂਰੀ ਗੱਲ ਹੈ, ਕੰਨ ਖੋਲ ਲਓ, ਬਹੁਤ ਜ਼ਰੂਰੀ ਗੱਲ ਹੈ, ਜਿਹੜੀਆਂ ਆਹ ਵੀਡੀਓ ਲੁੱਚੀਆਂ ਇੱਕ ਦੂਜੇ ਨੂੰ ਸੈਂਡ ਕਰ ਦਿੰਦੇ ਨੇ, ਕੋਈ ਵੀ ਅਸਲੀਲ ਵੀਡੀਓ, ਗਲਤ ਵੀਡੀਓ ਇੰਸਟਾਗ੍ਰਾਮ 'ਤੇ, ਇੰਸਟਾਗ੍ਰਾਮ ਵਾਲੇ ਨੇ ਬਹੁਤ ਸਖਤਾਈ ਕਰੀ ਤਾਂ ਵੀਡੀਓ ਬਾਬੇ ਉਹਨਾਂ ਦਾ ਅਕਾਊਂਟ ਬੰਦ ਹੋ ਜਾਂਦਾ, ਜਿਹੜਾ ਬੰਦਾ ਸੈਂਡ ਕਰਦਾ, ਜਿਹੜਾ ਸੀਨ ਕਰਦਾ ਦੋ ਵਾਰੀ ਸੀਨ ਕਰਕੇ ਉਹਨੇ ਚਾਰ ਵਾਰੀ ਦੇਖ ਲਈ ਉਹਦੇ ਬੰਦ ਹੋ ਜਾਂਦਾ, ਬਹੁਤ ਲੋਕਾਂ ਦੇ ਅਕਾਊਂਟ ਬੰਦ ਹੋ ਗਿਆ, ਡੇਲੀ 15-20 ਹਜ਼ਾਰ ਅਕਾਊਂਟ ਬੰਦ ਹੋ ਰਹੇ ਨੇ, ਸੋ ਬਾਬੇ ਬਚ ਕਰ, ਕੋਈ ਵੀ ਅਸ਼ਲੀਲ ਵੀਡੀਓ ਸੈਂਡ ਨਾ ਕਰੋ ਨਾ ਚੈੱਕ ਕਰੋ, ਇੰਸਟਾਗ੍ਰਾਮ ਵਾਲੇ ਨੇ ਪੂਰੀ ਸਖਤਾਈ ਕਰ ਰੱਖੀ, ਅਕਾਊਂਟ ਬਹੁਤ ਬੰਦ ਹੋ ਰਹੇ ਨੇ, ਹਾਂ ਅਸੀਂ ਜਲਦ ਇੱਕ ਗਾਣਾ ਬਹੁਤ ਤਗੜਾ ਗਾਣਾ ਕਰ ਰਹੇ ਹਾਂ, ਜਲਦ ਤੁਸੀਂ ਦੱਸ ਦੇਣਾ ਆਉਣਾ ਸਾਲ ਮਾਰੋ, ਸਾਲ ਤਾਂ ਮੈਂ ਮਾਰੂ, ਸਾਲ ਮਰਵਾਉਣ ਤੋਂ ਪਹਿਲਾਂ ਮੇਰੀ ਬਾਜੀ ਨੇ ਤੜਵਾ ਦੇ, ਮੈਨੂੰ ਦਵਾ ਦੇ ਗਏ ਸੀ, ਲੇਕਿਨ ਮੈਂ ਫਿਰ ਸਾਲ ਮਾਰ, ਉਹ ਘੜੀ ਬਾਬੇ ਆਪਣੀ ਗੱਡੀ ਗੱਡੀ ਐਂ ਲਾ ਦੇ, ਜੇ ਭੈਣ ਨਿੱਕੀਆਂ ਜਿਹੀ ਗੱਡੀਆਂ ਜਾਂਦੇ, ਨਿੱਕੀ ਨਿੱਕੀ ਗੱਡੀਆਂ ਉਹ ਲਾ ਦੇ, ਅੱਧਾ ਘੰਟਾ ਹੋ ਗਿਆ, ਡੇਕੀ ਜਾਂਦੇ ਤੁਹਾਨੂੰ, ਰੈਡ ਲੈਵਲ ਆਹ ਬੁਰਾ ਕੁਛ ਹੈ ਤੇਰਾ ਯਾਰ, ਖੁਸ਼ ਹੈ ਬੁਲਾ ਕੇ ਦੇਖੇ ਤੂੰ ਮਾੜਾ, ਗੱਲਬਾਤ ਸੁਣਾ ਕੋਈ, ਗੱਲਾਂ ਦਾ ਹੋਰੀ ਛੋੜੀ ਆ।